ਦੁਸ਼ਮਣ ਦੇ ਨਾਲ ਲੜੇ ਬਿਨਾ ਉਸ ਨੂੰ ਕਾਬੂ ਕਰਨ ਦੀ ਕਲਾ ਯੁੱਧ ਦੀ ਸੁਪਰੀਮ ਆਰਟ ਕਹਾਉਂਦੀ ਹੈ। ਸੁੰਜੂ ਚੀਨ ਦੇ ਅਜਿਹੇ ਮਿਲਟਰੀ ਜਰਨਲ ਸਨ ਜਿਨ੍ਹਾਂ ਨੇ ਆਰਟ ਆਫ ਵਾਰ ਨਾਮ ਦੀ ਇੱਕ ਮਸ਼ਹੂਰ ਮਿਲਟਰੀ ਕਿਤਾਬ ਨੂੰ ਲਿਖਿਆ ਸੀ। ਇਸ ਕਿਤਾਬ ਦੇ ਅੰਦਰ 13 ਚੈਪਟਰ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਯੁੱਧ ਦੀ ਕਲਾ ਨੂੰ ਜਿੱਤਣ ਤੋਂ ਲੈ ਕੇ ਆਰਮੀ ਨੂੰ ਮਜ਼ਬੂਤ ਬਣਾਉਣਾ, ਜਸੂਸਾਂ ਦੀ ਵਰਤੋਂ ਕਰਨਾ ਤੇ ਯੁੱਧ ਦੀ ਵਿਉਂਤਬੰਦੀ ਕਰਨ ਜਿਹੇ ਅਜਿਹੇ ਕਈ ਤਰੀਕੇ ਇਸ ਕਿਤਾਬ ਦੇ ਵਿੱਚ ਲਿਖੇ ਹਨ। ਇਹ ਕਿਤਾਬ ਸਾਨੂੰ ਇਹ ਚੀਜ਼ ਦੱਸਦੀ ਹੈ ਕਿ ਕਿਵੇਂ ਦਿਮਾਗ ਦੀ ਵਰਤੋਂ ਕਰਕੇ ਸਮਾਰਟ ਤਰੀਕੇ ਨਾਲ ਯੁੱਧ ਨੂੰ ਲੜਿਆ ਤੇ ਜਿੱਤਿਆ ਜਾ ਸਕਦਾ ਹੈ। ਇਸ ਕਿਤਾਬ ਦਾ ਗਿਆਨ ਇਕੱਲੇ ਯੁੱਧ ਦੇ ਵਿੱਚ ਹੀ ਨਹੀਂ ਬਲਕਿ ਆਮ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦੇ ਨਾਲ ਲੜਨ ਲਈ ਵੀ ਵਰਤਿਆ ਜਾ ਸਕਦਾ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਪੂਰੀ ਕਿਤਾਬ ਜਾਨਕਿ ਆਰਟ ਆਫ ਵਾਰ ਦੇ ਉੱਪਰ ਚੰਗੀ ਤਰ੍ਹਾਂ ਦੇ ਨਾਲ ਚਰਚਾ ਕਰਾਂਗੇ। ਸੋ ਜੁੜੇ ਰਹੋ ਮੇਰੇ ਨਾਲ, ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋ ਟੀਵੀ। ਸੁੰਜੂ ਚੀਨ ਦੀ ਆਰਮੀ ਦੇ ਜਰਨਲ ਮਿਲਟਰੀ ਦੀ ਵਿਉਂਤਬੰਦੀ ਕਰਨ ਵਾਲੇ ਫਿਲਾਸਫਰ ਅਤੇ ਰਾਈਟਰ ਸਨ। ਇਹਨਾਂ ਨੂੰ ਚੀਨ ਦੇ ਵਿੱਚ ਮਾਸਟਰ ਸੁਨ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਤੋਂ ਤਕਰੀਬਨ 2500 ਸਾਲ ਪਹਿਲਾਂ ਚੀਨ ਦੇ ਵਿੱਚ ਰਿਹਾ ਕਰਦੇ ਸਨ। ਸਿੰਜੂ ਦਾ ਜਨਮ ਚੀਨ ਦੇ ਅੰਦਰ ਯੂ ਡਾਇਨੈਸਟੀ ਜਾਨਕਿ ਯੂ ਰਾਜਵੰਸ਼ ਦੇ ਦੌਰਾਨ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਚੀਨ ਦੇ ਅੰਦਰ ਕਨਫਿਊਸ਼ੀਅਨ ਅਤੇ ਲਿਊਜ਼ੂ ਵਰਗੇ ਮਹਾਨ ਫਿਲਾਸਫਰ ਹੋਇਆ ਕਰਦੇ ਸਨ। ਜਰਨਲ ਸਿੰਜੂ ਦੇ ਕੰਮ ਨੇ ਮਿਲਟਰੀ ਦੇ ਅੰਦਰ ਅਤੇ ਮਿਲਟਰੀ ਤੋਂ ਬਾਹਰ ਦੋਨੇ ਹੀ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ, ਜਿਵੇਂ ਕਿ ਵੀਅਤਨਾਮ ਦੇ ਜਰਨਲ ਰੂ ਇਨਸਪਾਇਰ ਨੇ ਫਰਾਂਸ ਨੂੰ ਬੀਅਨ ਫੋ ਦੀ ਲੜਾਈ ਦੇ ਵਿੱਚ ਹਰਾਉਣ ਦੇ ਲਈ ਆਰਟ ਆਫ ਵਾਰ ਕਿਤਾਬ ਦੀ ਰਣਨੀਤੀ ਨੂੰ ਹੀ ਅਪਣਾਇਆ ਸੀ। ਇਸ ਤੋਂ ਬਿਨਾਂ ਬ੍ਰਾਜ਼ੀਲ ਦੀ ਫੁੱਟਬਾਲ ਟੀਮ ਦੇ ਕੋਚ ਲਿਜ ਫਲੋ ਨੇ 2002 ਦੇ ਵਿੱਚ ਫੁੱਟਬਾਲ ਦਾ ਵਰਲਡ ਕੱਪ ਜਿੱਤਣ ਦੇ ਲਈ ਇਸ ਕਿਤਾਬ ਦੇ ਵਿੱਚ ਲਿਖੀਆਂ ਅਲੱਗ ਅਲੱਗ ਰਣਨੀਤੀਆਂ ਨੂੰ ਵਰਤਿਆ ਸੀ। ਇਸ ਤਰ੍ਹਾਂ ਪਤਾ ਹੀ ਨਹੀਂ ਕਿੰਨੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪਾਉਣ ਦੇ ਲਈ ਇਸ ਕਿਤਾਬ ਦੇ ਵਿੱਚ ਲਿਖੇ ਅਲੱਗ ਅਲੱਗ ਤਰੀਕਿਆਂ ਨੂੰ ਵਰਤ ਚੁੱਕੇ ਹਨ। ਹੁਣ ਇਸ ਕਿਤਾਬ ਦੇ ਤੁਹਾਨੂੰ ਸੀਕ੍ਰੇਟ ਬਾਰੇ ਦੱਸਦੇ ਹਾਂ, ਜਿਹੜੇ ਕਿ ਯੁੱਧ ਦੇ ਵਿੱਚ ਹੀ ਨਹੀਂ ਬਲਕਿ ਆਮ ਜ਼ਿੰਦਗੀ ਵਿੱਚ ਵੀ ਕਿਵੇਂ ਜਿੱਤਣਾ ਹੈ ਉਸ ਦੇ ਬਾਰੇ ਦੱਸਦੇ ਹਨ। ਆਰਟ ਆਫ ਵਾਰ ਬੁੱਕ ਚੰਗੀ ਤਿਆਰੀ ਕਰਨ ਦੇ ਮਹੱਤਵ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ। ਇਸ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਲੜਾਈ ਨੂੰ ਲੜਨ ਤੋਂ ਪਹਿਲਾਂ ਉਸ ਦੀ ਹਾਰ ਤੇ ਜਿੱਤ ਤੈਅ ਹੋ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜਾਣਕਾਰੀਆਂ ਤੇ ਕਲੈਕਸ਼ਨ ਦੀ ਮਦਦ ਦੇ ਨਾਲ ਯੁੱਧ ਨੂੰ ਜਿੱਤਣ ਅਤੇ ਹਾਰਨ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਲਗਾਇਆ ਜਾ ਸਕਦਾ ਹੈ। ਸੁੰਜੂ ਕਹਿੰਦੇ ਹਨ ਕਿ ਦੁਸ਼ਮਣ ਦੀਆਂ ਜ਼ਰੂਰੀ ਜਾਣਕਾਰੀਆਂ ਹਾਸਲ ਕਰਨ ਦੇ ਲਈ ਸਾਨੂੰ ਜਸੂਸਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਸੁੰਜੂ ਕਹਿੰਦੇ ਹਨ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਦੇ ਵਿਰੁੱਧ ਲੜ ਰਹੇ ਹਾਂ ਤੇ ਸਾਡੀ ਸਭ ਤੋਂ ਵੱਡੀ ਤਾਕਤ ਕੀ ਹੈ ਤੇ ਸਾਡੀ ਸਭ ਤੋਂ ਵੱਡੀ ਕਮਜ਼ੋਰੀਆਂ ਕੀ ਹਨ। ਸੁੰਜੂ ਕਹਿੰਦੇ ਨੇ ਕਿ ਮਜ਼ਬੂਤ ਅਤੇ ਆਦੇਸ਼ ਮੰਨਣ ਵਾਲੀ ਆਰਮੀ ਉਦੋਂ ਤੱਕ ਤਿਆਰ ਹੁੰਦੀ ਹੈ ਜਦੋਂ ਉਸ ਦੇ ਜਰਨਲ ਨੂੰ ਆਪਣੇ ਕੱਲੇ-ਕੱਲੇ ਸਿਪਾਹੀ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ। ਉਹ ਕਹਿੰਦੇ ਹਨ ਜੇਕਰ ਸਾਨੂੰ ਆਪਣੇ ਬਾਰੇ ਪੂਰੀ ਚੰਗੀ ਤਰ੍ਹਾਂ ਤੇ ਸਹੀ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਦੁਸ਼ਮਣ ਤੋਂ ਸਾਨੂੰ ਖੁਦ ਬਚਣ ਦੀ ਲੋੜ ਹੈ ਤੇ ਕਿਸ ਦੇ ਨਾਲ ਸਾਨੂੰ ਲੜਾਈ ਕਰਨ ਦੀ ਲੋੜ ਹੈ। ਕਿਸੇ ਵੀ ਲੜਾਈ ਦੀ ਚੰਗੀ ਤਿਆਰੀ ਉਹ ਮੰਨੀ ਜਾਂਦੀ ਹੈ ਜਦੋਂ ਸਾਨੂੰ ਸਭ ਚੀਜ਼ਾਂ ਬਾਰੇ ਪਤਾ ਹੋਵੇ। ਇਸ ਦਾ ਨੰਬਰ 2 ਚੈਪਟਰ ਹੈ ਵਿਨਿੰਗ ਦਾ ਸਮਾਰਟ ਵੇ। ਇਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਕਈ ਵਾਰ ਵੱਡੇ ਨੁਕਸਾਨ ਤੋਂ ਬਚਣ ਦੇ ਲਈ ਯੁੱਧ ਨੂੰ ਟਾਲਣਾ ਹੀ ਵਧੀਆ ਹੁੰਦਾ ਹੈ। ਸੁੰਜੂ ਕਹਿੰਦੇ ਹਨ ਕਿ ਬਿਨਾਂ ਲੜੇ ਹੀ ਆਪਣੇ ਦੁਸ਼ਮਣ ਨੂੰ ਹਰਾ ਦੇਣਾ ਯੁੱਧ ਦੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਇਸ ਲਈ ਸਾਨੂੰ ਆਪਣੀ ਲੜਾਈ ਬਹੁਤ ਧਿਆਨ ਅਤੇ ਸੋਚ ਸਮਝ ਦੇ ਨਾਲ ਚੁਣਨੀ ਚਾਹੀਦੀ ਹੈ ਕਿ ਕਿਹੜੀ ਲੜਾਈ ਸਾਡੇ ਲਈ ਫਾਇਦੇਮੰਦ ਹੋਵੇਗੀ ਤੇ ਕਿਹੜੀ ਲੜਾਈ ਸਾਡੇ ਸਰੋਤ ਜਾਂ ਸਾਡੀ ਤਾਕਤ ਦਾ ਨੁਕਸਾਨ ਕਰੇਗੀ। ਸੁੰਜੂ ਕਹਿੰਦੇ ਹਨ ਕਿ ਜਿਹੜੀਆਂ ਲੜਾਈਆਂ ਨੂੰ ਅਸੀਂ ਚੁਣਦੇ ਹਾਂ ਉਹ ਸਾਰੇ ਯੁੱਧ ਸਾਨੂੰ ਪੂਰੀ ਫੁੱਲ ਐਫੀਸ਼ੀਐਂਸੀ ਦੇ ਨਾਲ ਲੜਨੇ ਚਾਹੀਦੇ ਹਨ ਕਿਉਂਕਿ ਹਰ ਇੱਕ ਆਰਮੀ ਦੀ ਆਪਣੀ ਇੱਕ ਸੀਮਾ ਹੁੰਦੀ ਹੈ ਤੇ ਬੁਰਾ ਸਮਾਂ ਆਉਣ ਤੇ ਦੁਨੀਆ ਦੀ ਸਭ ਤੋਂ ਵੱਡੀ ਆਰਮੀ ਨੂੰ ਵੀ ਤਾਕਤ, ਵਹੀਕਲ, ਸਾਧਨ ਅਤੇ ਸਿਪਾਹੀਆਂ ਦੀ ਕਮੀ ਹੋ ਸਕਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਲੰਮੇ ਸਮੇਂ ਤੱਕ ਚੱਲਣ ਵਾਲੇ ਯੁੱਧ ਕਿਸੇ ਵੀ ਦੇਸ਼ ਤੇ ਉਸਦੇ ਸਰੋਤਾਂ ਦੇ ਲਈ ਘਾਤਕ ਸਾਬਤ ਹੁੰਦੇ ਨੇ। ਇਸ ਦਾ ਅਸਰ ਸਿਰਫ ਉਹ ਦੇਸ਼ ਦੇ ਲੋਕ ਝੱਲਦੇ ਨੇ ਜਿਹੜੇ ਲੜਾਈ ਦੇ ਵਿੱਚ ਸ਼ਾਮਲ ਹੁੰਦੇ ਹਨ। ਇਸ ਲਈ ਯੁੱਧ ਨੂੰ ਜਿੱਤਣ ਦਾ ਸਭ ਤੋਂ ਸਹੀ ਤਰੀਕਾ ਇਹ ਹੈ ਕਿ ਆਪਣੇ ਰਿਸੋਰਸ ਯਾਨੀ ਕਿ ਸਰੋਤਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਅਤੇ ਤੇਜ਼ੀ ਦੇ ਨਾਲ ਹਮਲਾ ਕਰਨਾ। ਸੁੰਜੂ ਦਾ ਕਹਿਣਾ ਹੈ ਕਿ ਯੁੱਧ ਦੇ ਵਿੱਚ ਕਦੇ ਵੀ ਦੁਸ਼ਮਣ ਦੇਸ਼ ਦੇ ਸ਼ਹਿਰਾਂ ਅਤੇ ਉਹਨਾਂ ਦੇ ਰਿਸੋਰਸ ਯਾਨੀ ਕਿ ਉਹਨਾਂ ਦੇ ਸਰੋਤਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਲੜਾਈ ਖਤਮ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਣੇ ਫਾਇਦੇ ਲਈ ਵਰਤ ਸਕਦੇ ਹਾਂ। ਇਸ ਲਈ ਜੇਕਰ ਜ਼ਰੂਰਤ ਨਾ ਹੋਵੇ ਤਾਂ ਸਾਨੂੰ ਆਪਣੇ ਦੁਸ਼ਮਣ ਸਿਪਾਹੀਆਂ ਨੂੰ ਵੀ ਨਹੀਂ ਮਾਰਨਾ ਚਾਹੀਦਾ ਕਿਉਂਕਿ ਯੁੱਧ ਖਤਮ ਹੋਣ ਤੋਂ ਬਾਅਦ ਉਹ ਟ੍ਰੇਨਡ ਸਿਪਾਹੀਆਂ ਨੂੰ ਤੁਸੀਂ ਆਪਣੀ ਸੈਨਾ ਦੇ ਵਿੱਚ ਭਰਤੀ ਕਰ ਸਕਦੇ ਹੋ। ਸੁੰਜੂ ਯੁੱਧ ਦੇ ਦੌਰਾਨ ਬਿਨਾਂ ਸੋਚੇ ਸਮਝੇ ਤਬਾਹੀ ਮਚਾਉਣ ਦੇ ਹੱਕ ਵਿੱਚ ਨਹੀਂ ਸਨ ਬਲਕਿ ਉਹ ਸਮਝਦਾਰੀ ਦੇ ਨਾਲ ਯੁੱਧ ਲੜਨ ਤੇ ਜਿੰਨਾ ਹੋ ਸਕੇ ਆਪਣੇ ਦੁਸ਼ਮਣ ਨੂੰ ਸਹੀ ਸਲਾਮਤ ਰੱਖਣ ਦੇ ਪੱਖ ਵਿੱਚ ਸਨ ਤਾਂ ਕਿ ਯੁੱਧ ਖਤਮ ਹੋਣ ਤੋਂ ਬਾਅਦ ਦੁਸ਼ਮਣ ਦੀ ਤਾਕਤ ਨੂੰ ਆਪਣੀ ਤਾਕਤ ਦੇ ਵਿੱਚ ਜੋੜਿਆ ਜਾ ਸਕੇ। ਇਸ ਲਈ ਸੁੰਜੂ ਦਾ ਕਹਿਣਾ ਸੀ ਕਿ ਜੇਕਰ ਜਿੱਤ ਪੱਕੀ ਅਤੇ ਸਪਸ਼ਟ ਹੈ ਤੁਸੀਂ ਤਾਂ ਹੀ ਲੜੋ ਨਹੀਂ ਤਾਂ ਨਾ ਲੜੋ। ਇਸ ਲਈ ਜੇਕਰ ਅਸੀਂ ਕਿਸੇ ਯੁੱਧ ਨੂੰ ਚੁਣਦੇ ਹਾਂ ਸਾਨੂੰ ਉਸ ਦੇ ਬਾਰੇ ਪੂਰੀ ਅਤੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਸਾਨੂੰ ਪੂਰੀ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਅੱਗੇ ਦੀ ਰਣਨੀਤੀ ਜਾਂ ਕਹੀਏ ਸਟ੍ਰੈਟੇਜੀ ਬਣਾ ਕੇ ਉਸ ਯੁੱਧ ਨੂੰ ਜਿੱਤ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਜੇਕਰ ਸਾਡੀ ਸੈਨਾ ਦੁਸ਼ਮਣ ਦੀ ਸੈਨਾ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਹੈ ਤਾਂ ਸਾਨੂੰ ਦੁਸ਼ਮਣ ਨੂੰ ਚਾਰੇ ਪਾਸਿਓਂ ਘੇਰ ਕੇ ਉਸ ਦੇ ਉੱਪਰ ਹਮਲਾ ਕਰਨਾ ਚਾਹੀਦਾ ਹੈ। ਜੇਕਰ ਦੁਸ਼ਮਣ ਦੀ ਸੈਨਾ ਸਾਡੀ ਸੈਨਾ ਤੋਂ ਕਿਤੇ ਜ਼ਿਆਦਾ ਵੱਡੀ ਹੈ ਤਾਂ ਅਜਿਹੀ ਸਿਚੁਏਸ਼ਨ ਦੇ ਵਿੱਚ ਲੁਕ ਜਾਣਾ ਹੀ ਸਹੀ ਆਪਸ਼ਨ ਹੈ। ਇਸ ਦੀ ਉਦਾਹਰਨ ਅਸੀਂ ਅਫਗਾਨਿਸਤਾਨ ਅਤੇ ਤਾਲਿਬਾਨ ਦੇ ਵਿੱਚ ਜੋ ਯੁੱਧ ਹੋਇਆ ਸੀ ਉਸ ਤੋਂ ਲੈ
ਕਿਵੇਂ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹਾਂ। ਅਸਲ ਦੇ ਵਿੱਚ ਜਿਵੇਂ ਜਿਵੇਂ ਯੁੱਧ ਦੀਆਂ ਸਥਿਤੀਆਂ ਬਦਲਦੀਆਂ ਹਨ ਤੇ ਉਸ ਹਿਸਾਬ ਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਬਦਲਣਾ ਚਾਹੀਦਾ ਹੈ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਪਾਣੀ ਦੀ ਤਰ੍ਹਾਂ ਯੁੱਧ ਦਾ ਵੀ ਕੋਈ ਠੋਸ ਰੂਪ ਜਾਂ ਕਹੀਏ ਆਪਾਂ ਸੋਲਿਡ ਰੂਪ ਨਹੀਂ ਹੁੰਦਾ। ਯੁੱਧ ਦੇ ਵਿੱਚ ਸਮੇਂ-ਸਮੇਂ ਤੇ ਦੁਸ਼ਮਣ ਦੇ ਵਤੀਰੇ ਦੇ ਹਿਸਾਬ ਦੇ ਨਾਲ ਆਪਣੀ ਵਿਉਂਤਬੰਦੀ ਦੇ ਵਿੱਚ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੁਦਰਤੀ ਮੌਸਮ ਅਤੇ ਯੁੱਧ ਦੇ ਇਲਾਕੇ ਵੀ ਸਮੇਂ ਦੇ ਨਾਲ ਬਦਲਦੇ ਰਹਿੰਦੇ ਹਨ। ਇਸ ਲਈ ਇੱਥੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਤਿਆਰ ਕਰ ਲਈਏ ਕਿ ਅਸੀਂ ਹਰ ਤਰ੍ਹਾਂ ਦੀ ਸਥਿਤੀ ਦੇ ਵਿੱਚ ਲੜ ਸਕੀਏ। ਸੰਜੂ ਸਾਨੂੰ ਦੁਸ਼ਮਣ ਦੇ ਉੱਪਰ ਉਸ ਸਮੇਂ ਹਮਲਾ ਕਰਨ ਤੋਂ ਮਨਾ ਕਰਦੇ ਹਨ ਜਦੋਂ ਦੁਸ਼ਮਣ ਬਹੁਤ ਜ਼ਿਆਦਾ ਉਤਸ਼ਾਹਿਤ ਅਤੇ ਹੌਸਲੇ ਦੇ ਨਾਲ ਭਰਿਆ ਹੋਇਆ ਹੋਵੇ। ਇਸ ਲਈ ਸੰਜੂ ਕਹਿੰਦੇ ਹਨ ਕਿ ਦੁਸ਼ਮਣ ਦੇ ਉੱਪਰ ਹਮਲਾ ਉਦੋਂ ਕਰੋ ਜਦੋਂ ਉਹ ਕਮਜ਼ੋਰ, ਸੁਸਤ ਅਤੇ ਆਪਣੇ ਇਲਾਕੇ ਤੋਂ ਦੂਰ ਹੋਵੇ ਤੇ ਦੁਸ਼ਮਣ ਦੀਆਂ ਇਹਨਾਂ ਸਥਿਤੀਆਂ ਦਾ ਪਤਾ ਸਾਨੂੰ ਉਦੋਂ ਹੀ ਲੱਗ ਸਕਦਾ ਹੈ ਜਦੋਂ ਅਸੀਂ ਦੁਸ਼ਮਣ ਦੇ ਉੱਪਰ ਚੰਗੀ ਤਰ੍ਹਾਂ ਦੇ ਨਾਲ ਨਜ਼ਰ ਰੱਖਾਂਗੇ। ਇਸ ਲਈ ਸਾਨੂੰ ਵਧੀਆ ਜਸੂਸਾਂ ਤੋਂ ਕੰਮ ਲੈਣਾ ਚਾਹੀਦਾ ਹੈ। ਨੰਬਰ 4 ਤੇ ਹੈ ਜੀ ਬੈਲੈਂਸ ਐਂਡ ਇਨਰ ਪੀਸ। ਇਸ ਦੇ ਵਿੱਚ ਸੰਜੂ ਦੱਸਦੇ ਹਨ ਕਿ ਯੁੱਧ ਦੇ ਉੱਪਰ ਜਾਂਦੇ ਸਮੇਂ ਸਾਡੇ ਮਨ ਦੀ ਸ਼ਾਂਤੀ ਦਾ ਕਿੰਨਾ ਜ਼ਿਆਦਾ ਮਹੱਤਵ ਹੈ। ਉਹ ਸਾਨੂੰ ਇੱਥੇ ਦੱਸਦੇ ਹਨ ਕਿ ਯੁੱਧ ਦੇ ਉੱਪਰ ਜਾਂਦੇ ਸਮੇਂ ਸਾਨੂੰ ਹੱਦ ਤੋਂ ਵੱਧ ਲਾਪਰਵਾਹ ਅਤੇ ਉਤਾਵਲੇ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਤੁਸੀਂ ਬੋਝਦਿਲ ਅਤੇ ਡਰਪੋਕ ਹੋਣੇ ਚਾਹੀਦੇ ਹੋ। ਜਿਹੜਾ ਇਨਸਾਨ ਬਹੁਤ ਜਲਦੀ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਜਿਹਾ ਇਨਸਾਨ ਯੁੱਧ ਦੇ ਵਿੱਚ ਕਾਫੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਯੁੱਧ ਦੇ ਦੌਰਾਨ ਦੁਸ਼ਮਣ ਉਕਸਾ ਕੇ ਗਲਤੀ ਕਰਵਾ ਸਕਦਾ ਹੈ। ਸੰਜੂ ਕਹਿੰਦੇ ਹਨ ਕਿ ਇਸ ਤੋਂ ਬਿਨਾਂ ਜਰਨਲ ਜਾਂ ਸੈਨਾਪਤੀ ਨੂੰ ਆਪਣੇ ਸਿਪਾਹੀਆਂ ਦੇ ਪ੍ਰਤੀ ਬਹੁਤ ਜ਼ਿਆਦਾ ਦਿਆਲੂ ਹੋਣਾ ਚਾਹੀਦਾ ਹੈ। ਦ ਆਰਟ ਆਫ ਵਾਰ ਬੁੱਕ ਸਾਨੂੰ ਸਾਡੀਆਂ ਲੜਾਈਆਂ ਚੁਣਨ ਅਤੇ ਉਹਨਾਂ ਨੂੰ ਜਿੱਤਣ ਦਾ ਤਰੀਕਾ ਸਿਖਾਉਂਦੀ ਹੈ। ਸੰਜੂ ਇਸ ਦੇ ਵਿੱਚ ਇਹ ਗੱਲ ਤੇ ਵੀ ਜ਼ੋਰ ਦਿੰਦੇ ਹਨ ਕਿ ਸਾਨੂੰ ਆਪਣੇ ਦੁਸ਼ਮਣ ਦੇ ਨਾਲ ਬਿਨਾਂ ਲੜੇ ਹੀ ਉਸ ਨੂੰ ਹਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਦੁਸ਼ਮਣ ਦਾ ਖੂਨ ਵਹਾਏ ਬਿਨਾਂ ਹੀ ਉਸ ਨੂੰ ਹਰਾਉਣ ਦੀ ਕਲਾ ਦਾ ਆਰਟ ਆਫ ਵਾਰ ਕਹਾਉਂਦੀ ਹੈ। ਇਸ ਜੀ ਬੁੱਕ ਆਰਟ ਆਫ ਵਾਰ ਬਾਰੇ ਕੁਝ ਰੋਚਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋਟੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।